ਹਰ ਹੀਲਾ ਵਰਤਾਂਗੇ, ਹਰ ਹੀਲਾ ਇੱਥੋਂ ਦੀ ਵੀ ਜਿੱਥੋਂ ਦੀ ਵੀ ਜ਼ੋਰ ਲੱਗਦਾ ਲਾਵਾਂਗੇ। ਟਾਈਮ ਟੱਕਰ ਜ਼ੋਰਾਂ 'ਤੇ ਹੈ, ਪਿੱਛੇ ਪੁਲਿਸ ਗੋਲੀਬਾਰੀ ਕਰ ਰਹੀ ਹੈ, ਤੁਸੀਂ ਦੇਖ ਰਹੇ ਹੋ ਲੋਕ ਡਟੇ ਹੋਏ ਨੇ, ਕਾਫੀ ਗਿਣਤੀ ਦੇ ਵਿੱਚ ਦਰਜਨਾਂ ਦੇ ਵਿੱਚ ਬੰਦੇ ਰਬੜ ਵਾਲੀਆਂ ਗੋਲੀਆਂ ਨਾਲ ਫੱਟੜਾ, ਪਰ ਫਿਰ ਵੀ ਜਨਤਾ ਡਟੀ ਹੋਈ ਆ ਅਤੇ ਉਮੀਦ ਆ ਕਿ ਹੋਰ ਘੰਟੇ ਡੇਢ ਘੰਟੇ ਦੇ ਵਿੱਚ ਇਹਨੂੰ ਤੋੜ ਲਾਂਗੇ। 6-7 ਘੰਟੇ ਤੋਂ ਇਸੇ ਤਰ੍ਹਾਂ ਜੱਦੋ ਜਹਿਦ ਜਾਰੀ ਹੈ। ਆਪਣੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਨੇ ਔਰ ਇੱਧਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਜੀਰਾ ਨੇ। ਬਲਦੇਵ ਜੀ, ਕੀ ਸਥਿਤੀ ਹੈ ਇਸ ਟਾਈਮ ਤੱਕ? ਦੇਖੋ, ਸਥਿਤੀ ਲਗਾਤਾਰ 5-6 ਘੰਟੇ ਤੋਂ ਪੂਰੀ ਜ਼ੋਰ ਨਾਲ ਟੱਕਰ ਹੋ ਰਹੀ ਆ। 1000 ਤੋਂ ਵੱਧ ਇਹਨਾਂ ਨੇ ਜਿਹੜੇ ਆਸੂ ਗੈਸ ਵਾਲੇ ਜਾਂ ਧਮਾਕੇ ਵਾਲੇ ਸਿੱਟਤੇ ਆ ਗੋਲੇ, ਪਹਿਲਾਂ ਡਰੋਨ ਨਾਲ ਵੀ ਲਗਾਤਾਰ ਸਿੱਟਦੇ ਰਹੇ ਆ। ਅੱਛਾ, ਤੁਸੀਂ ਲਗਾਤਾਰ ਇੱਥੇ ਡਟੇ ਹੋਏ ਹੋ, ਇਹ ਲੱਗਦਾ ਹੈ ਵੀ ਜਿਸ ਤਰੀਕੇ ਦੇ ਨਾਲ ਅੱਗੋਂ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਟੱਕਰ ਦੇ ਰਹੀ ਆ ਅਤੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਬਈ ਜਾ ਪਾਓਗੇ ਦਿੱਲੀ ਵੱਲ? ਬਿਲਕੁਲ ਜੀ, ਮੈਨੂੰ ਪਹਿਲਾਂ ਹੀ ਮੈਂ ਕਹਿ ਚੁੱਕਿਆ ਇੱਥੇ ਇੱਕ ਅਤੇ ਹਰਿਆਣੇ ਵਾਲਿਆਂ ਨੇ ਪਿਛਲੀ ਵਾਰ ਨਾਲੋਂ ਘੱਟੋ ਘੱਟ ਜਿਹੜਾ ਹੈ 2-3 ਗੁਣਾ ਜਿਹੜਾ ਵੱਡਾ ਜਿਹੜਾ ਬੈਰੀਕੇਡਿੰਗ ਕੀਤੀ ਹੋਈ, ਪਰ ਜਿਹੜੀ ਲੋਕਾਂ ਦਾ ਇਕੱਠ ਹੈ ਉਹ ਪਿਛਲੇ ਜਿਹੜਾ 2020 ਦੇ ਵਿੱਚ ਜਦੋਂ ਇਕੱਠ ਹੋਇਆ ਜਦੋਂ ਜਾਣ ਲੱਗੇ ਸੀ ਦਿੱਲੀ ਨੂੰ, ਉਸ ਨਾਲੋਂ 4-5 ਗੁਣਾ ਹੈ। ਔਰ ਮੈਨੂੰ ਨਹੀਂ ਉਮੀਦ ਕਿ ਮੋਦੀ ਜਾਂ ਖੱਟੜ ਦੀਆਂ ਜਿਹੜੀਆਂ ਰੋਕਾਂ ਨੇ ਇਹਨਾਂ ਨੂੰ ਰੋਕ ਸਕਣਗੇ, ਬਸ ਟਾਈਮ ਦਾ ਤੋੜਾ। ਜਿਸ ਤਰੀਕੇ ਦੇ ਨਾਲ ਪੁਲਿਸ ਫੋਰਸ ਅੱਗੋਂ ਕਾਰਵਾਈ ਕਰ ਰਹੀ ਹੈ, ਲੱਗਦਾ ਹੈ ਪ੍ਰਸ਼ਾਸਨ ਨੇ ਅਤੇ ਗੌਰਮੈਂਟ ਨੇ ਤੈਅ ਕਰ ਲਿਆ ਹੋਇਆ ਕਿ ਇਸ ਤੋਂ ਅੱਗੇ ਨਹੀਂ ਵਧਣ ਦੇਣਾ ਅਤੇ ਨਹੀਂ ਵਧਣ ਦੇਣਾ। ਬਿਲਕੁਲ ਜੀ ਬਿਲਕੁਲ, ਉਹਨਾਂ ਤੈਅ ਕੀਤਾ ਕਿ ਨਹੀਂ ਵਧਣ ਦੇਣਾ, ਔਰ ਜਥੇਬੰਦੀਆਂ ਦੇ ਜਿਹੜੇ ਵਰਕਰ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਤੈਅ ਕੀਤਾ ਹੋਇਆ ਕਿ ਅਸੀਂ ਜਾਣਾ ਹੀ ਜਾਣਾ, ਭਾਵੇਂ ਸਾਨੂੰ ਕਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ। ਅੱਛਾ, ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ 16 ਦਾ ਬੰਦ ਦਾ ਸੱਦਾ ਦਿੱਤੀ ਬੈਠੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜੇ ਉਹ ਸਾਰੇ ਤੁਹਾਡੇ ਨਾਲ ਹੁੰਦੇ ਤਾਂ ਜਿਹੜੀ ਹੋਰ ਜ਼ੋਰਦਾਰ ਟੱਕਰ ਜਿਹੜੀ ਆ ਉਹ ਦਿੱਤੀ ਜਾ ਸਕਦੀ ਸੀ? ਬਿਲਕੁਲ ਜੀ ਬਿਲਕੁਲ, ਸਾਡੇ ਭਰਾ ਨੇ ਵੱਡੇ, ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ, ਹੁਣ ਵੀ ਕਰਦੇ ਹਾਂ ਕਿ ਆ ਜਾਓ, ਜੇ ਮੋਦੀ ਦੀ ਸਰਕਾਰ ਨਾਲ ਲੜਨਾ ਹੈ ਤਾਂ ਫਿਰ ਆਪਾਂ ਨੂੰ ਵੱਡੀ ਟੱਕਰ ਦੇਣੀ ਪੈਣੀ ਹੈ। ਟੱਕਰ ਬਹੁਤ ਵੱਡੀ ਹੋ ਗਈ ਹੈ ਔਰ ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਜਲਦੀ ਇੱਥੇ ਆਉਣਾ ਪਵੇਗਾ ਅਤੇ ਆਉਣਾ ਵੀ ਚਾਹੀਦਾ। ਹਾਂਜੀ ਬਲਦੇਵ ਜੀ, ਬਹੁਤ ਸਾਰਿਆਂ ਨੇ ਨਾ ਸਾਡੇ, ਅਸੀਂ ਤਾਂ ਪ੍ਰਧਾਨ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ, ਅਸੀਂ ਤਾਂ ਪਹਿਲਾਂ ਅਪੀਲ ਕਰਦੇ ਹੁਣ ਵੀ ਕਰਦੇ ਹਾਂ, ਪਰ ਸੋਸ਼ਲ ਮੀਡੀਆ 'ਤੇ ਜਿਵੇਂ ਇੱਕ ਲਹਿਰ ਚਲਾਈ ਗਈ, ਇਹਨੂੰ ਮੋਰਚੇ ਨੂੰ ਫਿਕਸ ਕਿਹਾ ਗਿਆ, ਪੋਸਟਾਂ ਲਿਖ ਪਾਈਆਂ ਗਈਆਂ ਵੀ ਦੇਖੋ ਜੀ ਰਾਤ ਨੂੰ ਸਮਝੌਤਾ ਹੋ ਜਾਣਾ, MSB ਦੀ ਕਮੇਟੀ ਬਣ ਜਾਣੀ ਆ, ਹੁਣ ਤੁਸੀਂ ਗਰਾਊਂਡ 'ਚੋਂ ਸਵੇਰ ਦੇ ਜੀ, ਇਹ ਫਿਕਸ ਮੈਚ ਆ, ਇਹ ਕੀ ਆ? ਤੁਸੀਂ ਦੇਖੋ ਅੱਜ ਕਿੰਨੇ ਜਨਤਾ ਲੜ ਰਹੀ ਹੈ, ਜਨਤਾ ਲੜ ਰਹੀ ਆ, ਜੇ ਜਨਤਾ ਦੇ ਟਕਰਾਅ ਵੀ ਕਿਸੇ ਨੂੰ ਫਿਕਸ ਮੈਚ ਦਿੰਦਾ ਵਾ ਫਿਰ ਉਹਨਾਂ ਦਾ ਰੱਬ ਹੀ ਰੱਖਾ ਵਾ। ਸੋ ਅਸੀਂ ਤਾਂ ਹਜੇ ਵੀ ਕਹਿੰਦੇ ਹਾਂ ਕਿ ਲੜਾਈ ਸਾਡੀ ਦਿੱਲੀ ਨਾਲ ਆ, ਇਸ ਵੇਲੇ ਦਿੱਲੀ ਦੇ ਮੋਰਚੇ ਦੀ ਲੋੜ ਆ, ਕੁਛ ਵੀਰ ਉਹਨਾਂ 'ਚੋਂ ਆ ਗਏ, ਅਮਨਜੀਤ ਰਾਏ ਅਸੀਂ ਧੰਨਵਾਦ ਕੀਤਾ ਉਹ ਆਏ ਅੱਜ, ਅਤੇ ਸੰਯੁਕਤ ਮੋਰਚੇ ਦੀਆਂ 3 ਜਥੇਬੰਦੀਆਂ ਤੁਹਾਡੀ ਹਮਾਇਤ 'ਤੇ ਆ ਰਹੀਆਂ ਆਪ ਮੁਹਾਰੇ, ਉਹ ਸਾਨੂੰ ਜਾਣਕਾਰੀ ਆ ਚੁੱਕੀ। ਹਾਂ, ਅਸੀਂ ਦੂਸਰਿਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਪਾਸੇ ਬੈਠੇ ਰਹਿਣ ਨਾਲ ਸੂਤ ਨਹੀਂ ਆਉਣਾ ਕੰਮ, ਨਾ ਤੁਹਾਡਾ ਸਰਨਾ ਹੀ ਆ ਪਾਸੇ ਰਹਿ ਕੇ, ਅਤੇ ਆਓ ਮਿਲ ਕੇ ਲੜੀਏ ਮੋਰਚੇ, ਇਹਦਾ ਜ਼ਿਆਦਾ ਚਿਰ ਨਹੀਂ ਟਿਕਿਆ ਰਹਿ ਸਕਦਾ, ਸਾਡੇ ਤੋਂ ਬਚਿਆ ਜ਼ਿਆਦਾ ਚਿਰ ਨਹੀਂ ਰਹਿਣਾ ਗਾ ਮੋਰਚਾ, ਇਹ ਜਿਹੜਾ ਇਹਨੇ ਬੈਰੀਕੇਟ ਲਾਏ ਆ ਇਹ ਲੇਟ ਹੋ ਸਕਦੇ ਆ, ਜ਼ੋਰ ਵੱਧ ਹੋਰ ਲੱਗ ਸਕਦਾ, ਪਰ ਇਹ ਟੁੱਟਣਾ ਹੀ ਆ, ਕਾਫਲੇ ਨੇ ਅੱਗੇ ਦਿੱਲੀ ਵਧਣਾ ਹੀ ਆ, ਕਿੰਨਾ ਵੀ ਸਰਕਾਰ ਜ਼ੋਰ ਲਾ ਲਵੇ। ਸੋ ਇਹ ਜਿਹੜਾ ਘੋਲ ਆ, ਲੋਕ ਜਿੰਨਾ ਹੌਸਲੇ ਉੱਠ ਕੇ ਤੁਰੇ ਆ ਇਹ ਜੇਤੂ ਹੋਊਗਾ। ਲਗਾਤਾਰ ਜੇ ਹੋਰ 10-12 ਘੰਟੇ ਇੱਦਾਂ ਹੀ ਪੁਲਿਸ ਰੋਕੀ ਰੱਖਦੀ ਆ, ਕੀ ਫਿਰ ਤੁਸੀਂ ਇੱਥੇ ਹੀ ਮੋਰਚਾ ਜਮਾਓਗੇ ਕਿ ਫਿਰ ਹੋਰ ਜੱਦੋ ਜਹਿਦ ਅੱਗੇ ਜਾਣ ਦੀ ਕਰੋਗੇ? ਹਰ ਦਿੱਲੀ ਜਾਣ ਵਾਸਤੇ ਹਰ ਰਾਹ ਹਰ ਤਰੀਕਾ ਵਰਤਾਂਗੇ। ਪਰ ਜਿਹੜੀ ਗੱਲਬਾਤ ਹੋਈ ਹੈ ਧਰਮ ਸਿੰਘ ਜੀ, ਸਰਕਾਰ ਦੇ ਮਿਨਿਸਟਰ 3 ਬੈਠੇ ਨੇ, 2 ਵਾਰ
ਉਹ ਗੱਲਬਾਤ 'ਚੋਂ ਕਿਉਂ ਨਹੀਂ ਕੁਝ ਨਿਕਲ ਸਕਿਆ? ਨਹੀਂ, ਉਹ ਸਰਕਾਰ ਦੀ ਮਰਜ਼ੀ 'ਤੇ ਆ ਨਾ। ਕਿਸਾਨ ਜਥੇਬੰਦੀਆਂ ਦੇ ਚਾਹੁੰਦੀਆਂ ਸੀ ਵੀ ਸਮਝੌਤਾ ਹੋਵੇ, ਫੈਸਲਾ ਹੋ ਜਾਵੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ। ਔਰ ਬਕਾਇਦਾ ਉਹਨਾਂ ਨੇ ਪਿਛਲੀ ਵਾਰ ਜਦੋਂ ਮੋਰਚਾ ਖਤਮ ਕੀਤਾ ਸੀ ਇਹ ਲਿਖਤੀ ਸਹਿਮਤੀ ਦਿੱਤੀ ਸੀ, ਪਰ ਹੁਣ ਉਹਨਾਂ ਮੰਗਾਂ ਤੋਂ ਬੁਣਕਰ ਹੋ ਰਹੇ ਨੇ। ਫਿਰ ਇਹਦੇ ਵਿੱਚ ਦੱਸੋ ਵੀ ਕਿਸਾਨਾਂ ਦੇ ਇਹਦੇ 'ਚ ਇਹ ਲੋਕਾਂ ਦਾ ਕੀ ਕਸੂਰ ਹੈ? ਕਸੂਰ ਸਰਕਾਰ ਦਾ ਹੈ। ਅੱਜ ਵੀ ਮੰਨ ਜਾਵੇ ਕੋਈ ਸਾਨੂੰ ਕੋਈ ਚਾਅ ਨਹੀਂ ਹੈਗਾ ਇਹਨਾਂ ਨਾਲ ਟਕਰਾਅ ਕਰਨ ਦਾ, ਜਾਂ ਘਰਾਂ ਦੇ ਵਿੱਚੋਂ ਆ ਕੇ ਇੰਨੀਆਂ ਟਰੈਕਟਰ ਟਰਾਲੀਆਂ ਲਿਆ ਕੇ ਉੱਥੇ ਧਰਨਾ ਮਾਰਨ ਦਾ ਸਾਡਾ ਕੋਈ ਸ਼ੌਕ ਨਹੀਂ ਹੈਗਾ। ਸਾਡੀਆਂ ਮੰਗਾਂ ਮੰਨ ਲੈਣ, ਅਸੀਂ ਅੱਜ ਵਾਪਸ ਘਰਾਂ ਨੂੰ ਮੁੜ ਜਾਵਾਂ। ਜੇਕਰ ਤੁਹਾਨੂੰ ਉਹ ਭਰੋਸਾ ਦੇ ਦੇਣ ਜਿਵੇਂ ਪਹਿਲਾਂ ਦਿੱਤਾ ਸੀ, ਤਾਂ ਭਰੋਸਾ ਲੈ ਕੇ ਫਿਰ ਅੰਦੋਲਨ ਰੋਕ ਸਕਦੇ ਹੋ? ਨਹੀਂ, ਹੁਣ ਗੱਲ ਭਰੋਸੇ ਦੀ ਨਹੀਂ ਰਹਿ ਗਈ। ਹੁਣ ਤਾਂ ਗੱਲ ਇਹ ਵੀ ਜਾਂ ਕਰੋ ਜਾਂ ਮਰੋ। ਹੁਣ ਤਾਂ ਉਹਨਾਂ ਨੂੰ ਜਾਂ ਕਰਨਾ ਪਵੇਗਾ, ਅਤੇ ਜਾਂ ਫਿਰ ਇਹ ਜਿਹੜਾ ਮੋਰਚਾ ਹੈ ਇਹਦਾ ਉਹਨਾਂ ਨੂੰ ਸੰਤਾਪ ਜਿਹੜਾ ਭੋਗਣਾ ਪਏਗਾ। ਮੋਰਚਾ ਚੱਲੇਗਾ। ਬਲਦੇਵ ਸਿੰਘ ਜੀ, ਜਿਵੇਂ ਸਰਕਾਰ ਕੋਲ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਇਲੈਕਸ਼ਨ ਕੋਡ ਲੱਗਣ 'ਚ ਮੇਰੇ ਖਿਆਲ ਦੇ ਨਾਲ ਮਹੀਨੇ ਦੇ ਅੰਦਰ ਅੰਦਰ ਜਿਹੜਾ ਚੋਣ ਜਾਬਤਾ ਲੱਗਣ ਦੇ ਆਸਾਰ ਨੇ, ਇੰਨੇ ਕੁ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਸਰਕਾਰ ਤੁਸੀਂ ਪਹਿਲਾਂ ਵਾਂਗ ਚੁਕਾ ਸਕੋਗੇ? ਦੇਖੋ, ਸਾਡਾ ਕੰਮ ਆ ਲੜਨਾ, ਲੜਾਂਗੇ ਇਮਾਨਦਾਰੀ ਨਾਲ, ਪੂਰੇ ਜ਼ੋਰ ਨਾਲ ਲੜਾਂਗੇ। ਜੇ ਸਾਡੀਆਂ ਮੰਗਾਂ ਨਾ ਮੰਨੂਗਾ ਤਾਂ ਘੱਟੋ ਘੱਟ ਮੋਦੀ ਦਾ ਦੁਬਾਰਾ ਰਾਜਗੱਦੀ 'ਤੇ ਬਹਿਣ ਦਾ ਰਾਹ ਜ਼ਰੂਰ ਔਖਾ ਕਰ ਦਿਆਂਗੇ। ਅੱਜ ਜਿਵੇਂ ਸਾਰੇ ਦੇਸ਼ ਨੂੰ ਪਤਾ ਲੱਗ ਰਿਹਾ ਵਾ ਸਵੇਰ ਦੀ ਜੱਦੋਜਹਿਦ ਜਿਹੜੀ ਚੱਲ ਰਹੀ ਆ, ਇਹਦੇ ਵਾਸਤੇ ਕੋਈ ਰਾਜਨੀਤਿਕ ਤੌਰ 'ਤੇ ਸਹੀ ਨਹੀਂ ਜਾਣੀ ਕਿਸਾਨਾਂ ਨਾਲ ਲੜਾਈ। ਅਸੀਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਫਿਰ ਭਰੋਸਾ ਲਾਓਗੇ, ਅਸੀਂ ਪਹਿਲਾਂ ਹੀ ਲੀਕ ਖਿੱਚ ਚੁੱਕੇ ਹਾਂ ਭਰੋਸੇ 'ਤੇ। ਉਹ ਸਾਨੂੰ ਕਹਿੰਦੇ ਸੀ ਭਰੋਸਾ ਨਹੀਂ ਲੈਣਾ, ਹੁਣ ਉਹ ਸਾਨੂੰ ਕਹਿੰਦੇ ਸੀ ਕਮੇਟੀ ਬਣਾ ਦਿੰਦੇ ਹਾਂ, ਅੱਜ ਹੀ ਬਣਾ ਲਓ ਕਮੇਟੀ, ਇੱਥੇ ਬੈਠ ਕੇ ਬਣਾ ਲਓ। ਅਸੀਂ ਕਿਹਾ 2 ਸਾਲ ਹੋ ਗਏ ਉਹਦੇ ਨਹੀਂ ਬਣਾਈ, ਹੁਣ ਕੀ ਕੋਈ ਮਤਲਬ ਨਹੀਂ ਭਰੋਸੇ ਦਾ। ਹੁਣ ਸਾਨੂੰ MSP ਚਾਹੀਦੀ ਆ ਅਤੇ ਕਰਜ਼ੇ 'ਤੇ ਲੀਕ ਅਸੀਂ ਮਰਾਉਣੀ ਆ ਹਰ ਹਾਲਤ। ਕੋਈ ਭਰੋਸਾ ਨਹੀਂ, ਕੋਈ ਲਾਰਾ ਨਹੀਂ, ਕੋਈ ਸਹਿਮਤੀ। ਤੁਸੀਂ ਸੁਣਿਆ ਜੀ, ਮੋਰਚਾ ਜੰਮਿਆ ਹੋਇਆ, ਕਿਸਾਨ ਆਗੂ ਜਿਹੜੇ ਆਪ ਮੂਰਲੀ ਕਤਾਰ ਦੇ ਵਿੱਚ ਖੜ੍ਹੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਖੜ੍ਹੇ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਮ ਸਿੰਘ ਖੜ੍ਹੇ ਨੇ, ਔਰ ਸਰਵਣ ਸਿੰਘ ਪੰਧੇਰ ਸਾਹਿਬ ਮੇਰੇ ਖਿਆਲ ਨਾਲ ਅੱਗੇ ਨੇ, ਅੱਗੇ ਬੈਠੇ ਨੇ। ਅੱਗੇ ਜਿੱਥੇ ਗੋਲੀਬਾਰੀ ਹੋ ਰਹੀ ਹੈ, ਇਹ ਦੱਸ ਰਹੇ ਨੇ ਕਿ ਸਰਵਣ ਸਿੰਘ ਪੰਧੇਰ ਉੱਥੇ ਮੌਜੂਦ ਨੇ, ਉੱਥੇ ਖੜ੍ਹਨਾ ਸੱਚਮੁੱਚ ਔਖਾ ਹੈ। 4-5 ਵਾਰ ਉਹ ਅਥਰੂ ਗੈਸ ਵਾਲੇ ਜਿਹੜੇ ਗੋਲੇ ਨੇ ਉਹਨਾਂ ਦਾ ਸਵਾਦ ਅਸੀਂ ਵੀ ਚੱਖਾ ਆ, ਸੱਚਮੁੱਚ ਉੱਥੇ ਸਾਹ ਗੁੰਮ ਹੋ ਜਾਂਦਾ ਹੈ, ਉੱਥੇ ਸਾਹ ਲੈਣਾ ਵੀ ਮੁਸ਼ਕਲ ਹੈ। 1000 ਤੋਂ ਵੱਧ ਗੋਲਾ ਇਸ ਟਾਈਮ ਤੱਕ ਚੱਲ ਚੁੱਕਿਆ, ਔਰ ਲੋਕਾਂ ਨੇ ਸਾਨੂੰ ਦਿਖਾਏ ਨੇ, ਲੋਕ ਦਾਅਵਾ ਕਰ ਰਹੇ ਨੇ ਕਿ SLR ਦੀਆਂ ਗੋਲੀਆਂ ਜਿਹੜੀ ਬਾਰਡਰ ਦੇ ਉੱਪਰ ਚਲਾਉਣ ਵਾਲੀ ਖਤਰਨਾਕ ਰਾਈਫਲ ਹੈ, ਉਹਦੀਆਂ ਸਿੱਧੀਆਂ ਗੋਲੀਆਂ ਵੀ ਦਾਗੀਆਂ ਗਈਆਂ ਨੇ, ਕਿਉਂ ਜੀ? ਬਿਲਕੁਲ ਜੀ, ਬਿਲਕੁਲ, ਤੁਸੀਂ ਆਪ ਹੀ ਵੇਖਿਆ, ਉਹਨਾਂ ਦੇ ਖੋਲ ਵੇਖੇ ਨੇ, ਰਬੜ ਦੀਆਂ ਗੋਲੀਆਂ ਜਿਹੜੀਆਂ SLR ਦੇ ਵਿੱਚੋਂ ਗੋਲੀਆਂ, ਅਥਰੂ ਗੈਸ ਦੇ ਗੋਲੇ। ਔਰ ਮੈਂ ਹੈਰਾਨ ਹਾਂ ਕਿ ਚਲੋ ਉੱਥੇ ਤਾਂ ਬੈਰੀਕੇਡਿੰਗ ਤੋੜੀ ਜਾ ਰਹੀ ਹੈ, ਉੱਥੇ ਤੁਹਾਡਾ ਬਣਦਾ ਅਥਰੂ ਗੈਸ ਦੇ ਗੋਲੇ, ਜੇ ਪਹਿਲੀ ਬਣਦਾ ਤਾਂ ਇਹ ਆ ਕਿ ਤੁਸੀਂ ਸਾਨੂੰ ਜਾਣ ਦਿਓ, ਸਾਨੂੰ ਪ੍ਰੋਟੈਸਟ ਕਰਨ ਦਿਓ, ਸਾਡਾ ਡੈਮੋਕਰੈਟਿਕ ਰਾਈਟ ਬਣਦਾ ਹੈ। ਪਰ ਜੇ ਤੁਸੀਂ ਚਲੋ ਨਹੀਂ ਜਾਣ ਦਿੰਦੇ, ਉੱਥੇ ਤੁਸੀਂ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਜੇ, ਆਹ ਆਪਾਂ ਥੋੜ੍ਹਾ ਜਿਹਾ ਪਿੱਛੇ ਖੜ੍ਹੇ ਹਾਂ ਉਹਦੇ ਤੋਂ, ਤੁਸੀਂ ਪਿੱਛੇ ਵੇਖੋ ਕਿੰਨੀ ਜਨਤਾ ਹੈ, ਉਹਨਾਂ ਦਾ ਡਰੋਨ ਆ ਕੇ ਇੱਥੇ ਗੋਲੇ ਸੁੱਟ ਕੇ ਗਿਆ ਅਥਰੂ ਗੈਸ ਦੇ ਗੋਲੇ। ਆਹ ਤੁਹਾਨੂੰ ਹੁਣ ਵੀ ਸਮੈਲ ਉਹਦੀ ਆਈ ਹੈ, ਅਥਰੂ ਗੈਸ ਦੇ ਗੋਲੇ ਸਾਡੇ ਪਿੱਛੇ ਚੱਲ ਰਹੇ ਨੇ। ਔਰ ਬੜੀ ਇਹ ਡਰੋਨ ਦੇ ਰਾਹੀਂ ਵੀ ਸਿੱਟੇ ਜਾ ਰਹੇ ਨਹੀਂ ਸਿੱਟੇ ਨੇ ਜੀ, ਬਹੁਤ ਡਰੋਨ ਰਾਹੀਂ 4 ਵਾਰੀ ਘੱਟੋ ਘੱਟ ਡਰੋਨ ਰਾਹੀਂ ਸੁੱਟੇ ਨੇ, ਔਰ ਹੁਣ ਡਰੋਨ ਜਿਹੜਾ ਹੈ ਉਹ ਵਾਪਸ ਗਿਆ ਆ ਘੰਟਾ ਕੁ ਪਹਿਲਾਂ, ਉਸ ਤੋਂ ਬਾਅਦ ਡਰੋਨ ਨਹੀਂ ਆਇਆ। ਪਰ ਮੈਨੂੰ ਲੱਗਦਾ ਹੈ ਕਿ ਅੱਗੋਂ ਲੋਕਾਂ ਨੇ ਵੀ ਇਹ ਜਿਹੜੇ ਧਈਆ ਕਰ ਲਿਆ ਸੀ, ਇੱਕ ਲੰਬੀ ਬਣਾ ਲਈ ਸੀ ਉਹਨਾਂ ਨੇ ਵਾਸ ਦੀ ਵੀ ਜੇ ਹੁਣ ਡਰੋਨ ਆਇਆ ਤਾਂ ਉਹਨੂੰ ਡਰੋਨ ਨੂੰ ਵੀ ਅਸੀਂ ਦੇਖ ਲਾਂਗੇ। ਠੀਕ ਹੈ ਜੀ, ਸੋ ਪਲ ਪਲ ਸਥਿਤੀ ਦੇ ਉੱਪਰ ਬਣੇ ਹੋਏ ਆ ਕਿਸਾਨ ਅੰਦੋਲਨ। ਇਸ ਵਕਤ ਫਿਰ Part 2 ਦਿੱਲੀ ਮੋਰਚਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਅੱਗੇ ਸਥਿਤੀ ਕਿੱਧਰ ਨੂੰ ਜਾਂਦੀ ਆਉਣ ਵਾਲਾ ਸਮਾਂ ਦੱਸੇਗਾ। ਬਹੁਤ ਮਿਹਰਬਾਨੀ, ਸ਼ੁਕਰੀਆ।